पासे आओ मैं करूं गाइस 4 बजे से लगभग थोड़ा हेलो गाइस कैसे हो तुसी आई होप तुसी सारे ठीक होंगे तो मैं भी बढ़िया हैगा सो एक चीज दिखाना यार साडी जिंदगी विच पहली बार मैं जदों दा मतलब इत्थे आया ना मैं दुनिया ते फर्स्ट टाइम देखा मतलब साडे घर दे आले दुआले बर्फ पई अज बर्फ बर्फ पूरी बर्फ तो बतावा किन्नी तुसी आ वेखो यार गाइस वेखो एक फिर गड्डी दे उत्ते दो फिर देखो सारा चिट्टा 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 होया पा सारे ओ वेखो ताड़ ताड़ दे उत्ते सारा उधर उधर सर चिट्टा चिट्टा यार फर्स्ट टाइम देखा जे मैं इन्नी बर्फ पई अज अपने देख के हैरानी हुंदी देखो गाइस किन्नी किन्नी बर्फ पई सारे पास चिट्टा चिट्टा होया खड़ा हाँ वेखो सारा कुछ दरख्त भी सौंगे कदे नहीं देखे इवें दा कदे भी इन्ना टाइम हो गया कदे नहीं मैं देखे इवें भी यार कदे होया होगा ना मेरे मेरे सोचण दी मेरी जिंदगी ते सोचण दी गल हैगी इह ਆ ਦੇਖੋ ਤੁਸੀਂ ਪੂਰਾ ਚਿੱਟਾ ਚਿੱਟਾ ਹੋਇਆ ਖੜਾ ਦੇਖੋ ਮੈਂ ਹੱਥ ਲਾਵਾਂ ਇਹਨੂੰ ਹੁਣ ਆ ਦੇਖੋ ਹੁਣ ਝੜ ਗਈ ਬਰਫ਼ੇ ਤੋਂ ਫਸਟ ਟਾਈਮ ਦੇਖਿਆ ਜੇ ਮੈਂ ਇੰਨਾ ਚਿੱਟਾ ਹੋਇਆ ਖੜਾ ਵਾਓ ਐਂ ਲੱਗਦਾ ਜਿਵੇਂ ਨਾ ਸਾਡੇ ਐਂ ਲੱਗਦਾ ਜਿਵੇਂ ਅਸੀਂ ਨਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਆ ਗਏ ਹਾਂ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਵੇਂ ਉਹ ਬਰਫ਼ ਨਹੀਂ ਪਈ ਹੁੰਦੀ ਸਾਰੇ ਪਾਸੇ ਬਰਫ਼ ਦੇ ਵਿੱਚ ਚਲ ਕੇ ਜਾ ਰਹੇ ਨੇ ਲੋਕ ਨਾ ਉਹ ਵਾਲਾ ਸੀਨ ਹੋਇਆ ਖੜਾ ਸੋ ਗਾਇਸ ਦੇਖੋ ਤੁਸੀਂ ਅਸੀਂ ਤੈਨੂੰ ਸਿਰ ਦੇ ਰੱਸੀਆਂ ਮਾਰੀ ਜਾਂਦੇ ਪਹਿਲਾਂ ਤਾਂ ਮੈਂ ਮਾਰੀ ਹਾਂ ਅਤੇ ਸਟਾਰਟ ਨਹੀਂ ਹੋ ਜਾਂਦਾ 100 ਰੁਪਏ ਦੀ ਸ਼ਰਤ ਲੱਗੀ ਹੋਈ ਆ ਸਟਾਰਟ ਨਹੀਂ ਹੋ ਜਾਂਦਾ ਅੱਜ ਦੇਖਦੇ ਹੁੰਦਾ ਕਿ ਨਹੀਂ ਇੱਥੋਂ ਵੀ ਕੈਸੇ ਹੋ ਮੈਂ ਤਾਂ 4 ਗਰੋਸੀ ਮਾਰੀ ਮੈਂ ਹੰਭ ਕੇ ਫਿਰ ਮੈਂ ਛੱਡ ਕੇ ਚੱਲ ਗਿਆ ਆ ਕਿ ਠੰਡੀਆਂ ਨੂੰ ਹੱਥ ਲੱਗਦੇ ਆ ਜਦੋਂ ਆ ਇਕੱਲੀ ਗਰਮ ਹੋ ਜਾਵੇ ਉਦੋਂ ਸਟਾਰਟ ਹੋ ਜਾਊਗਾ ਇੰਜਨ ਸਾਰਾ ਗਰਮ ਕਰਨ ਦੀ ਲੋੜ ਹੀ ਨਹੀਂ ਫਿਰ ਹੋ ਜਾਵੇ ਸਟਾਰਟ ਕਰ ਹੁਣ ਮਾੜਾ ਪਾਣੀ ਪਾ ਹੁਣ ਤੂੰ ਰੋਕੇਗਾ ਫਿਰ ਥੋੜ੍ਹੀ ਹੁੰਦਾ ਹੈ ਜਾਂ ਤਾਂ ਰੋਕੇ ਤਾਂ ਫਿਰ ਮੈਂ ਵੀ ਕਰ ਦੂੰਗਾ ਥੋੜ੍ਹੇ ਟਾਈਮ ਬਾਅਦ ਤਾਂ ਚੱਲ चल 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 जवान अब लगाए चलो जवान अल्लाह अल्लाह का तो माड़ी हुई होया सी ना दो बार चल गया सी सीधा क्यों नहीं होंगे ठंडा है गर्म पुठा क्यों हो गया फिर तेल किट्ठा हो गया मेनू कर थोड़ी करना औखा हो जाता की टूटे रेडी हो चुके हैं चलते हैं टाइम काफी हो गया 12 बज गए देखो आज तुसी मौसम कितना साफ है धुप भी काफी लगी हुई है मतलब इन्ना है नहीं ठंड ठुंड का ठीक है वैसे वधिया मौसम आ
ਤੁਸੀਂ ਨਿਊ ਹੋਮ ਤਿਆਰ ਹੋਈ ਜਾਂਦਾ ਇਹ ਕਿੱਦਾਂ ਦਾ ਵਿਊ ਇਹਦਾ ਨਾ ਕਿੰਨਾ ਘੈਂਟ ਵਾਲਾ ਇੱਥੇ ਪਹੁੰਚ ਗਏ ਵਧੀਆ ਆਹ ਵੇਖੋ ਹੈ ਨਾ ਕਿੰਨਾ ਘੈਂਟ ਲੱਗਦਾ ਪੂਰਾ ਉਹ ਪਲਾਈ ਜੀ ਜੜ ਰੱਖੀ ਬੈੱਡ ਵਿੱਚ ਸਾਰਾ ਕੁਛ ਭਾਈ ਸਾਹਿਬ ਦੇਖੋ ਤੁਸੀਂ ਇਸ ਕਮਰੇ 'ਚ ਮਰਸ ਰੂਪ ਪ੍ਰਕਾਸ਼ ਕੀਤਾ ਤੁਸੀਂ ਗੋਦਰੇਜ ਵਾਲੀ ਅਲਮਾਰੀਆਂ ਦੇਖੋ ਕਿੰਨੀਆਂ ਨਾ ਸਾਰੇ ਪਾਸੇ ਤੇ ਵਿੱਚ ਹੀ ਬੈੱਡ ਫਿਟਿੰਗ ਹੈ ਨਾ ਭਾਈ ਸਾਹਿਬ ਬੈੱਡ ਫਿਟਿੰਗ ਆ ਮਤਲਬ ਐਕਸਟਰਾ ਤੋਂ ਨਹੀਂ ਲਿਆਂਦਾ ਇਹਨਾਂ ਨੇ ਬੈੱਡ ਅਤੇ ਤੁਸੀਂ ਆਹ ਵੇਖੋ ਆਹ ਗੇਟ ਹੋ ਗਿਆ ਅਤੇ ਪੂਰਾ ਮਤਲਬ ਘੈਂਟ ਵਾਲੀ ਫੀਲਿੰਗ ਆਉਂਦੀ ਇੱਥੇ ਭਾਈ 4 ਵੱਜ ਗਏ ਲਗਭਗ ਹੁਣ ਅਤੇ ਧੁੱਪ ਵੀ ਇੱਕ ਤੁਸੀਂ ਚਲੇ ਗਈ ਸ਼ਾਮ ਹੋ ਗਈ ਅਤੇ ਆਪਣਾ ਆ ਗਿਆ ਗਾਜਰ ਪਾ ਅਤੇ ਨਾਲੇ ਆ ਗਈ ਚਾਹ ਵਧੀਆ ਹੈਗਾ ਅਤੇ ਆਪਣਾ ਰੂਮ ਹੈਗਾ ਅਤੇ ਇੱਥੇ ਸੌ ਕੇ ਫਿਰ ਉੱਠਾਂਗੇ ਅਤੇ ਫਿਰ ਸਿਰ ਜਾਵਾਂਗੇ ਆਪਾਂ ਹੁਣ ਸ਼ਾਮ ਨੂੰ ਨਾ ਮਤਲਬ ਆਹ ਦੇਖੋ ਪਾਣੀ ਹੈਗਾ ਕੋਲੀ ਦੇ ਵਿੱਚ ਅਤੇ ਆਹ ਆਪਾਂ ਪਾਣੀ ਨਾ ਹੁਣ ਇੱਥੇ ਰੱਖਦੇ ਹਾਂ ਦੇਖੋ ਤੁਸੀਂ ਇਹਦੇ ਵਿੱਚ ਗਮਲੇ ਦੇ ਵਿੱਚ ਅਤੇ ਹੁਣ ਆਪਾਂ ਇਹਨੂੰ ਸਵੇਰ ਤੱਕ ਦੇਖਾਂਗੇ ਵੀ ਸਵੇਰ ਤੱਕ ਇਹਦਾ ਨਾ ਕੀ ਬਣਦਾ ਹੈਗਾ ਤੁਸੀਂ ਦੇਖੋ ਅਤੇ ਕਿਉਂਕਿ ਹੁਣ ਠੰਡ ਬਹੁਤ ਪੈਂਦੀ ਨਾ ਕੋਰਾ ਪੈਂਦਾ ਉਹਦੀ ਵਜ੍ਹਾ ਨਾਲ ਉਹ ਸਵੇਰੇ ਪੂਰਾ ਜੰਮ ਜੂਗਾ ਅਤੇ ਆਹੀ ਚੀਜ਼ ਦੇਖਣ ਵਾਸਤੇ ਆਪਾਂ ਇਹਦੇ ਵਿੱਚ ਪਾਣੀ ਪਾਇਆ ਅਤੇ ਸਵੇਰੇ ਦੇਖਦੇ ਹੁਣ ਕੀ ਹੁੰਦਾ ਸਾਰੇ ਪਾਸੇ ਹਨੇਰਾ ਹੈਗਾ ਅਤੇ ਫਿਰ ਤੁਹਾਨੂੰ ਦਿਖਾਵਾਂ ਕੀ ਬਣਦਾ ਇਹਦੇ ਨਾਲ ਚੰਗਾ ਲੱਗਿਆ ਤਾਂ ਬੇਟਾ ਲਾਈਕ ਕਰ ਦੇਣਾ ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰ ਦੇਣਾ ਸੁਪਨਾ ਦੇਖੋ ਹੋਰ ਕਹਿਣ ਚੀਨ ਵਾਲਾ ਬਾਏ ਬਾਏ।